सत श्री अकाल जी सारे वीरां नूं। अज दूजी वीडियो बनाउन जा रहे हैं। एक वीडियो कल भी बनाई ही जिहड़ी सुखजिंदर सिंह लोपो की कॉन्ट्रवर्सी बहुत वायरल हो रही है। वो कॉन्ट्रवर्सी शुरू कित्थों हुई, सुखजिंदर सिंह लोपो ने जो गल्लां कीतियां ही वो शुरू कित्थों हुई, वो देखो आ वीडियो देखो। अच्छा झोली अड के सुखजिंदर सिंह लोपो ने माफी मंगी, अपनी जुत्ती ला के झोली अड के माफी मंगी उन्हें। आ वीडियो वेखो माफी मंगने वाली, जिहदे करके इहदा हक बनदा फर्ज आ उन्हां तों गलती कल्लियां तों वी मंगे, बाकी सारिआं नूं क्या ओहदे बारे आ शब्द तो सारी संगत तो माफी मांग, इस तो ज्यादा मेरी हिम्मत भी है नहीं गई कुछ बोलन दी, मैं माफी मांग रहा हूं तो जो तुसी बड़े हैं तुसी कर सकते हैं। ठीक है, ये वीडियो च उन्हें माफी मांग ली है ना, ठीक है, लोग उन्हें अजे भी नहीं बख्शन दे, माफी मंगा के भी इन्हों ठंड नहीं पई। ठीक है, जो उन्हें बेचारे ने माफी मांग ली, झोली अड के माफी मांग ली, मगर रह की गया, इन्हों अजे भी नहीं शर्म आँगी। चलो पुलिस ने उन्होंने अरैसट किया, पुलिस ने अपना काम करना है ना, पुलिस जो भी करूगी सही करूगी, पुलिस ने गलत नहीं करना। पुलिस ने अरैसट किया, चलो जो भी धारावं उत्ते बनदियां 294 धारा एक लगी उत्ते, चलो ठीक है ना। हुण गल आ जांदी मीडिया की, बाकी मीडिया के अपने व्यूआं करके ना, व्यू लाइक करके किसी की भी जिंदगी बर्बाद कर सकते आ मीडिया वाले। हुण मीडिया वाले गल चुकी जान दे कि उहदा गैंगस्टर नाल लिंक आ, उह यार उह चंगा भला बंदा अपनी वीडियो बनाउंदा है ना, अपना काम करता, पैसे लिया के वीडियो बनाउंदा, यार उहदा गैंगस्टर नाल की लिंक थी। ਇਹ ਮੀਡੀਆ ਐਡੀ ਗੰਦੀ ਆ, ਆਪਣੇ ਲਾਈਕਾਂ ਕਰਕੇ ਜੋ ਮਰਜ਼ੀ ਗੱਲ ਚੁੱਕ ਸਕਦੇ ਆ, ਹੁਣ ਉਹਦਾ ਗੈਂਗਸਟਰਾਂ ਨਾਲ ਲਿੰਕ ਜੋੜੀ ਜਾਂਦੀ, ਯਾਰ ਏਡਾ ਭੋਲਾ ਬੰਦਾ ਉਹਦਾ ਗੈਂਗਸਟਰਾਂ ਨਾਲ ਕੀ ਲਿੰਕ ਹੋ ਸਕਦਾ। ਬਾਕੀ ਹੱਥ ਜੋੜ ਕੇ ਬੇਨਤੀ ਮੀਡੀਆ ਵਾਲਿਆਂ ਨੂੰ, ਇੰਨੀ ਗੱਲ ਨਾ ਚੁੱਕੋ, ਜਿਹੜੀ ਗੱਲ ਇੱਥੇ ਦੱਬੀ ਰਹਿੰਦੀ ਦੱਬੀ ਰਹਿਣ ਦਿਓ, ਬਾਕੀ ਜੋ ਪੁਲਿਸ ਨੇ ਕਰਨਾ ਪੁਲਿਸ ਨੇ ਚੰਗਾ ਕਰਨਾ, ਪੁਲਿਸ ਨੇ ਮਾੜਾ ਨਹੀਂ ਕਰਨਾ। ਠੀਕ ਆ, ਮੀਡੀਆ ਇੰਨੀ ਗੱਲ ਚੁੱਕਣ ਡਿਆ ਨਾ ਵੀ ਉਹ ਇੱਦਾਂ ਇੱਦਾਂ ਜਿੱਦਾਂ ਯਾਰ ਉਹਨੇ ਬੰਦਾ ਮਾਰਤਾ ਹੋਵੇ, ਤੁਸੀਂ ਤਾਂ ਇੱਦਾਂ ਕਾਂਡੇ ਜੇ ਜਿੱਡੀ ਕਿ ਉਹਨੇ ਗਲਤੀ ਕੀਤੀ ਉੱਡੀ ਮਾਫ਼ੀ ਮੰਗ ਲਈ ਹੈ, ਉਹਨੇ ਬੰਦਾ ਥੋੜ੍ਹੀ ਮਾਰਤਾ, ਤੁਸੀਂ ਗੱਲ ਹੀ ਨਹੀਂ ਛੱਡਣ ਦੇ, ਰਹਿੰਦੀ ਖੁੰਦੀ ਕਸਰ ਲੋਕ ਕੱਢੀ ਜਾਂਦੇ, ਜਿਹੜੀ ਰਹਿ ਗਈ ਕਸਰ ਉਹ ਮੀਡੀਆ ਕੱਢੀ ਜਾਂਦੀ ਹੈ। ਉਹ ਯਾਰ ਸ਼ਰਮ ਕਰ ਲਓ ਥੋੜ੍ਹੀ ਬਹੁਤੀ, ਯਾਰ ਕੀ ਬੰਦਾ ਉਹਨੇ ਹੱਥ ਜੋੜ ਕੇ ਝੋਲੀ ਅੱਡ ਕੇ ਜੁੱਤੀ ਲਾ ਕੇ ਮਾਫ਼ੀ ਮੰਗ ਲਈ, ਇਸ ਤੋਂ ਕੀ ਰਹਿ ਗਿਆ, ਉਹ ਲੋਕੋ ਬਖਸ਼ ਦਿਓ ਉਹਨੂੰ ਵਿਚਾਰੇ ਨੂੰ ਹੈ ਨਾ। ਅਰੈਸਟ ਹੋ ਗਿਆ, ਪੁਲਿਸ ਨੇ ਆਪਣਾ ਕੰਮ ਕਰਨਾ, ਤੁਸੀਂ ਬਾਕੀ ਰਹਿੰਦੀ ਹੁੰਦੀ ਕਸਰ ਮੀਡੀਆ ਕੱਢਣ ਡਿਆ, ਮੀਡੀਆ ਵਾਲਿਆਂ ਨੂੰ ਵੀ ਬੇਨਤੀ ਆ ਥੋੜ੍ਹੀ ਗੱਲ ਨਾ ਚੁੱਕਣ, ਠੀਕ ਆ, ਜਿਹੜੀ ਖਬਰ ਸੱਚੀ ਉਹ ਦੱਸੋ, ਉਹਦਾ ਗੈਂਗਸਟਰਾਂ ਨਾਲ ਲਿੰਕ ਜੋੜੀ ਜਾਂਦੇ ਹੋ, ਯਾਰ ਭੋਲਾ ਭਾਲਾ ਬੰਦਾ ਇੱਦਾਂ ਦਾ ਬੰਦਾ ਉਹ ਹੈ ਹੀ ਨਹੀਂ ਜਿੱਦਾਂ ਦਾ ਉਹਨੂੰ ਦਿਖਾਈ ਜਾਣ ਡੇ, ਉਹਦਾ ਜੀ ਗੈਂਗਸਟਰਾਂ ਨਾਲ ਲਿੰਕ ਆ ਜੀ, ਉਹਦਾ ਜੀ ਲੌਂਸ ਬਿਸ਼ਨੋਈ ਹੁਣ ਗੈਂਗ ਨਾਲ ਲਿੰਕ, ਯਾਰ ਉਹ ਆਪਣਾ ਕੰਮ ਕਰਦਾ, ਵੀਡੀਓ ਬਣਾਉਂਦਾ, ਪੈਸੇ ਲੈ ਕੇ ਵੀਡੀਓ ਬਣਾਉਂਦਾ ਹੈ, ਯੂਟਿਊਬ 'ਚ ਯੂਟਿਊਬਰ ਆ ਉਹ ਇੱਕ, ਉਹਨੂੰ ਤੁਸੀਂ ਗੈਂਗਸਟਰਾਂ ਨਾਲ ਜੋੜੀ ਜਾਂਦੇ ਜੀ, ਉਹ ਇੱਦਾਂ ਉਹ ਇੱਦਾਂ, ਉਹ ਯਾਰ ਸ਼ਰਮ ਕਰ ਲਓ ਥੋੜ੍ਹੀ ਬਹੁਤੀ। ਠੀਕ ਆ, ਚਲੋ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ, ਮੇਰਾ ਇਹੋ ਵੀਡੀਓ ਬਣਾਉਣ ਦਾ ਕਾਰਨ ਹੀ ਵੀ ਬਾਈ ਦਾ ਸਾਥ ਦੇਣਾ ਚਾਹੀਦਾ ਵਾ, ਲੱਖਾ ਸਿੰਘ ਸਧਾਣਾ ਨੇ ਬਾਈ ਨੇ ਲੋਪੋ ਵਾਲੇ ਦਾ ਸਾਥ ਦਿੱਤਾ ਵੀਡੀਓ ਬਣਾ ਕੇ, ਹਰਭੇਜ ਸਿੱਧੂ ਵੀਰ ਯੂਟਿਊਬਰ ਉਹਨੇ ਵੀ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ ਆ, ਅਤੇ ਜਿਹੜੇ ਜਿਹੜੇ ਹੱਕ 'ਚ ਖੜਨ ਡੇ ਧੰਨਵਾਦ ਉਹਨਾਂ ਦਾ। ਬਾਕੀ ਲੋਕਾਂ ਨੂੰ ਵੀ ਕਹਿਣਾ ਵੀ ਗੱਲ ਦੱਬ ਦਿਓ, ਬਾਕੀ ਮੀਡੀਆ ਵਾਲਿਆਂ ਨੂੰ ਬੇਨਤੀ ਆ ਝੂਠੀਆਂ ਖਬਰਾਂ ਨਾ ਫੈਲਾਓ, ਠੀਕ ਆ, ਅਗਲੇ ਦੀ ਜ਼ਿੰਦਗੀ ਦਾ ਸਵਾਲ ਆ, ਤੁਸੀਂ ਆਪਣੇ ਲਾਈਕ ਵਿਊ ਲਿਆ ਕੇ ਪਾਸੇ ਹੋਏ ਨਾ, ਅਗਲੇ ਦੀ ਜ਼ਿੰਦਗੀ ਦਾ ਸਵਾਲ ਹੈ, ਸੋਚੋ ਥੋੜ੍ਹਾ ਜਿਹਾ। ਠੀਕ ਆ ਜੀ, ਮੇਰੀ ਵੀਡੀਓ ਵੇਖਣ ਲਈ ਧੰਨਵਾਦ, ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਧੰਨਵਾਦ ਜੀ।